ਸਲਾਮ ਨਮਸਤੇ ਸਤਿ ਸ਼੍ਰੀ ਅਕਾਲ। ਜਿਵੇਂ ਕਿ ਅੱਜ ਫਿਰ ਅਸੀਂ ਧਰਨੇ ਦੇ ਵਿੱਚ ਦੁਬਾਰਾ ਪਹੁੰਚੇ ਹਾਂ, ਧਰਨੇ ਦੀਆਂ ਉਹ ਚੀਜ਼ਾਂ ਦਿਖਾਉਣ ਵਾਸਤੇ ਤੁਹਾਨੂੰ ਕਿ ਲੋਕਾਂ ਤੱਕ ਇੱਕ ਜਿਹੜਾ ਮੈਸੇਜ ਆਵੇ, ਜਿਹੜਾ ਕਿ ਲੰਗਰ, ਜਿਵੇਂ ਕਿ ਤੁਹਾਨੂੰ ਦੱਸ ਦਈਏ ਕਿ ਤਰ੍ਹਾਂ ਤਰ੍ਹਾਂ ਦੇ ਲੰਗਰ ਲੱਗੇ ਹੋਏ ਨੇ, ਕਿਉਂਕਿ ਕਈ ਦਿਨਾਂ ਤੋਂ ਜਿਹੜਾ ਔਰ ਇੱਕ ਲੰਗਰ ਚੱਲ ਰਿਹਾ, ਇਹ ਰਸ ਦਾ ਜਿਹੜਾ ਲੰਗਰ ਆ, ਜਿੱਦਾਂ ਕਿ ਦੇਖਿਆ ਅਸੀਂ ਇੱਕ ਡਰੰਮੀ, ਵੱਡੀ ਸਾਰੀ ਡਰੰਮੀ ਜਿੰਨੀ ਜਿੱਡੀ ਇੱਕ ਮਸ਼ੀਨ ਜਿਹੜੀ ਲਾਈ ਹੋਈ ਆ, ਜਿਹਦੇ ਵਿੱਚ ਕਿ ਕਈ ਕਈ ਮਤਲਬ ਦਸ ਦਸ ਪੰਦਰਾਂ ਪੰਦਰਾਂ ਗੰਨੇ ਇਕੱਠੇ ਜਾਂਦੇ ਨੇ, ਜਿਨ੍ਹਾਂ ਵੱਲੋਂ ਲੰਗਰ ਲਗਾਇਆ ਗਿਆ। ਗੱਲਬਾਤ ਕਰ ਲੈਂਦੇ ਹਾਂ ਵੀਰ ਜੀ, ਇਹ ਲੰਗਰ ਕਿੱਥੇ ਵਾਲਾ ਲੰਗਰ ਹੈ, ਕਿੱਥੋਂ ਲਿਆ? ਵਾਹਿਗੁਰੂ ਜੀ ਕਾ ਖਾਲਸਾ ਜੀ ਫਤਿਹ ਜੀ। ਇਹਨਾਂ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਹਾਡੇ ਚੈਨਲ 'ਤੇ ਤੁਸੀਂ ਕਵਰੇਜ ਕਰ ਰਹੇ ਹੋ, ਬਹੁਤ ਵਧੀਆ ਲੱਗਿਆ, ਚੰਗਾ ਲੱਗਿਆ। ਅਤੇ ਇਹ ਜਿਹੜਾ ਲੰਗਰ ਹੈ, ਰਸ ਦਾ ਲੰਗਰ, ਇਹ ਗੁਰੂ ਨਾਨਕ ਦੇਵ ਮਹਾਰਾਜ ਦਾ ਲੰਗਰ ਹੈ। ਇਹ ਯੂਨੀਅਨ ਵੱਲੋਂ, ਸਾਡੀ ਪੰਜਾਬ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ, ਅਤੇ ਇਸਦੇ ਸਹਿਯੋਗੀ ਸ੍ਰੀ ਮਾਨ ਸੰਤ ਬਾਬਾ ਬੰਦ ਸਿੰਘ ਜੀ, ਡੇਰਾ ਬਾਬਾ ਸ੍ਰੀ ਚੰਚੋ, ਉਹ ਬਹੁਤ ਵੱਡੇ ਸਾਡੇ ਸਹਿਯੋਗੀ ਨੇ, ਉਹਨਾਂ ਦੇ ਦਿਸ਼ਾ ਨਿਰਦੇਸ਼ ਨਾਲ ਲੰਗਰ ਲਾਇਆ ਗਿਆ। ਜਿਵੇਂ ਕਿ ਗੰਨੇ ਕਿੰਨੇ ਦਿਨ ਹੋ ਗਏ ਇਸ ਲੰਗਰ ਨੂੰ ਚੱਲਦੇ ਨੂੰ? ਵੀਰ ਜੀ, ਇਹ ਅੱਜ ਕੱਲ੍ਹ ਵੀ ਲੰਗਰ ਚੱਲਿਆ ਅਤੇ ਅੱਜ ਵੀ ਲੰਗਰ ਚੱਲ ਰਿਹਾ। ਇੱਕ ਟਰਾਲੀ ਲੰਗਰ ਦੀ 55 ਕੁਇੰਟਲ ਦੀ ਪਹਿਲਾਂ ਲੱਗ ਗਈ ਹੈ, ਅਤੇ ਦੂਜਾ ਦੁਆਰੇ ਫਿਰ ਲੱਗੀ ਹੈ ਇੱਕ ਟਰਾਲੀ। ਕੱਲ੍ਹ ਕਿੰਨੀਆਂ ਟਰਾਲੀਆਂ ਲੱਗ ਗਈਆਂ ਸੀ? ਤਾਂ ਟਰਾਲੀ ਲੱਗੀ ਸੀਗੀ। ਹਾਂਜੀ, ਅਤੇ ਨਹੀਂ ਅੱਜ ਕਿੰਨੀ ਹੈ? ਦੂਸਰੀ ਟਰਾਲੀ ਚੱਲ ਰਹੀ ਹੈ, ਦੂਸਰੀ ਟਰਾਲੀ ਹੈ ਜੀ। ਕੀ ਉਮੀਦ ਹੈ, ਖਤਮ ਹੋ ਜਾਏਗੀ? ਬਿਲਕੁਲ ਖਤਮ ਹੋਏਗੀ ਜੀ, ਸੰਗਤ ਦਾ ਉਤਸ਼ਾਹ ਬੜਾ ਹੈ। ਪਰ ਇਹ ਇਕੱਲਾ ਲੰਗਰ ਰਸ ਦਾ ਨਹੀਂ ਹੈਗਾ ਵੀਰ ਜੀ, ਇੱਥੇ ਅਲੱਗ ਅਲੱਗ ਵੱਖ ਵੱਖ ਪਦਾਰਥ, ਬਹੁਤ ਬਹੁਤ ਪਦਾਰਥ ਲੱਗੇ ਹੈ। ਹਰੇਕ ਬੰਦਾ ਪਕਵਾਨ, ਅਲੱਗ ਅਲੱਗ ਪਕਵਾਨ ਹੈ। ਨਹੀਂ, ਜਿਵੇਂ ਪਕਵਾਨ ਅਲੱਗ ਅਲੱਗ ਤਾਂ ਹੈ, ਆਪਾਂ ਤੁਹਾਡਾ ਇੱਕ ਰਸ ਵਾਲਾ ਜਿਹੜਾ ਲੱਗਿਆ, ਇੱਕ ਡਰੰਮੀ ਟਾਈਪ ਜਿਹੜਾ ਲਾਇਆ ਹੋਇਆ, ਵੱਡੀ ਮਸ਼ੀਨ, ਇਹ ਸਪੈਸ਼ਲ ਬਣਾਈ ਹੈ? ਇਹ ਕ੍ਰੈਸ਼ਰ ਹੈ ਵੀਰ ਜੀ, ਕਪੂਰਪੁਰ ਦੇ ਸਰਦਾਰ ਰਣਜੀਤ ਸਿੰਘ ਜੀ ਨੇ, ਉਹਨਾਂ ਨੇ ਇਹ ਕ੍ਰੈਸ਼ਰ ਬਣਾਇਆ ਹੋਇਆ, ਉਹ ਹਰੇਕ ਥਾਂ ਸੇਵਾ 'ਚ ਭੇਜਦੇ। ਦੇਖੋ ਜੀ, ਜਿਵੇਂ ਕਿ ਇਹਨਾਂ ਵੱਲੋਂ ਦੱਸਿਆ ਗਿਆ ਹੈ ਕਿ ਜਿਹੜਾ ਇਹ ਕ੍ਰੈਸ਼ਰ ਹੈ, ਇਹ ਸਪੈਸ਼ਲ ਗੰਨੇ ਦਾ ਰਸ ਵਾਸਤੇ ਰਣਜੀਤ ਸਿੰਘ ਮਕੈਨਿਕ ਵਲਕਰ ਵੱਲੋਂ ਬਣਾਇਆ ਗਿਆ। ਜਿੱਥੇ ਕਿਤੇ ਸੇਵਾ ਹੁੰਦੀ ਹੈ ਉੱਥੇ ਇਹ ਲੰਗਰ ਲਗਾਇਆ ਗਿਆ। ਜਿਵੇਂ ਕਿ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਲੰਗਰ ਪਬਲਿਕ ਇੰਨਾ ਕੁ ਲੰਗਰ ਛਕ ਰਹੀ ਹੈ ਕਿ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਪਬਲਿਕ ਲਗਾਤਾਰ ਲੰਗਰ ਛਕ ਰਹੀ ਹੈ। ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਗੱਲਬਾਤ ਕਰ ਲੈਂਦੇ ਹਾਂ। ਹਾਂਜੀ ਵੀਰ ਜੀ, ਕਿੱਥੋਂ ਆਏ ਹੋ ਤੁਸੀਂ? ਅਸੀਂ ਤਰਨ ਤਾਰਨ ਜਿਹੜੇ ਤੋਂ ਜੀ। ਕਿਵੇਂ ਲੱਗਿਆ ਰਸ ਦਾ ਜਿਹੜਾ ਲੰਗਰ ਲੱਗਿਆ ਹੋਇਆ? ਲੰਗਰ ਤਾਂ ਚਲੋ ਬਾਬੇ ਨਾਨਕ ਦਾ ਵਾ, ਬਹੁਤ ਵਧੀਆ ਵਾ, ਕਿਸੇ ਗੱਲ ਦੀ ਕਮੀ ਨਹੀਂ ਹੈ। ਸਾਡਾ ਬਾਬਾ ਨਾਨਕ ਹੀ ਸਾਨੂੰ ਜਿਹੜਾ 10 ਰੁਪਏ 20 ਰੁਪਈਆਂ ਦਾ ਲੰਗਰ ਚਲਾ ਕੇ ਦੇ ਗਿਆ ਵਾ, ਉਹ ਹੀ ਚੱਲੀ ਜਾਂਦਾ ਵੀਰ ਜੀ। ਜਿਵੇਂ ਕਿ ਇਹਨਾਂ ਵੱਲੋਂ ਦੱਸਿਆ ਗਿਆ, ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਲੰਗਰ ਲਗਾਤਾਰ ਜਿਹੜਾ ਕਿ 20-30 ਗਲਾਸ ਲਗਾਤਾਰ ਭਰੇ ਜਾ ਰਹੇ ਨੇ, ਅਤੇ ਪਬਲਿਕ ਆਉਣ ਜਾਣ ਵਾਲੀ ਛੱਕ ਰਹੀ ਹੈ। ਤੁਹਾਡੀਆਂ ਹੋਰ ਤੁਹਾਨੂੰ ਹੋਰ ਵੀ ਤਸਵੀਰਾਂ ਦਿਖਾ ਦਿੰਦੇ ਹਾਂ ਅੱਗੇ ਕਿ ਲੰਗਰ ਜਿਹੜੀ ਡਰੰਮੀ ਹੈ, ਉਹ ਜਿਹੜਾ ਰਸ ਜਿਹੜਾ ਨਿਕਲ ਰਿਹਾ ਕਿ ਡਰੰਮੀ ਦੇ ਵਿੱਚ, ਜਿਵੇਂ ਕਿ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਡਰੰਮੀ ਦੇ ਵਿੱਚ ਲਗਾਤਾਰ ਜਿਹੜਾ ਰਸ ਚੱਲ ਰਿਹਾ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ ਕਿ ਰਸ ਜਿਵੇਂ ਕਿ ਇੱਕ ਗੰਨੇ ਦੀ ਜਿਵੇਂ ਕਿ ਨਾਲੀ ਚੱਲਦੀ ਹੁੰਦੀ ਹੈ ਪਾਣੀ ਦੀ, ਇਵੇਂ ਦਾ ਰਸ ਚੱਲ ਰਿਹਾ। ਤਸਵੀਰਾਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੇ ਹਾਂ, ਡਰੰਮੀ ਤੁਹਾਨੂੰ ਦਿਖਾ ਰਹੇ ਹਾਂ ਕਿ ਜਿਹੜੀ ਟਰਾਲੀ ਹੈ, ਅੱਧੀ ਟਰਾਲੀ ਹੋ ਚੁੱਕੀ ਹੈ। ਜਿਵੇਂ ਕਿ ਇਹਨਾਂ ਦੇ ਦੱਸਣ ਦੇ ਮੁਤਾਬਕ ਕਿ ਇੱਕ ਟਰਾਲੀ ਪਹਿਲਾਂ ਪੂਰੀ ਲੱਗ ਚੁੱਕੀ ਹੈ ਅਤੇ ਦੂਜੀ ਟਰਾਲੀ ਇਹ ਲੱਗੀ ਹੋਈ ਹੈ। ਇੱਕ ਮਿੰਟ ਵੀਰ, ਜਿਵੇਂ ਕਿ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਜਿਹੜਾ ਰਸ ਹੈ ਉਹ ਕਿਸ ਤਰ੍ਹਾਂ ਆ ਰਿਹਾ। ਦੇਖੋ, ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ। ਠੀਕ ਹੈ।